ਅਸਲਾਮ ਵਾਲੇਕਮ ਹਾਂ ਜੀ ਚਾਚੇ ਦੇ ਪੁੱਤਰੋ ਸੁਣਾਓ ਕੀ ਹਾਲ ਹੈ ਠੀਕ ਹੋ ਫਿੱਟ ਹੋ ਅੱਛਾ ਚਾਚੇ ਦੇ ਪੁੱਤਰੋ ਕਿਸਨ ਪਤਾ ਹੋਸੀ ਜਾਂ ਨਾ ਉਸ ਕਿਸੇ ਨੋਟ ਕੀਤਾ ਹੋਸੀ ਜਾਂ ਨਾ ਸੀ ਮੇਰੇ ਟਿਕਟੌਕ ਦੇ ਦੋਵੇਂ ਕਾਉਂਟੋ ਬੈਨ ਹੋ ਗਏ ਠੀਕ ਹੈ ਅੱਛਾ ਮੈਂ ਸਾਰੀ ਗੱਲ ਦੱਸਦਾ ਡਿਟੇਲ ਨਾਲ ਲੈਂਣ ਫਰੀ ਵਗੈਰਾ ਵੀ ਲਾ ਲਓ ਤਾਂ ਐਂਡ ਤੱਕ ਵੀਡੀਓ ਵੇਖਣੀ ਹੈ ਤੱਕ ਵੀਡੀਓ ਮਿਸੂ ਨਹੀਂ ਕਰਨੀ ਅੱਛਾ ਚਾਚੇ ਤੋਂ ਗਾਹ ਲੈ ਜਾਣਾ ਪਿੱਛੇ ਰੈਂਕ ਜੀ ਤੁਹਾਨੂੰ ਪਤਾ ਮੈਂ ਕਰਦਾ ਰਿਹਾ ਟਿਕਟੌਕ ਦਾ ਹਰ ਪਾਸੇ ਤੁਸੀਂ ਵੀਡੀਓ ਵੇਖਦੇ ਰਹੋ ਤੇ ਨਾ ਸੀਨ ਜੋ ਇੱਕ ਪਿਸਤੀ ਕਤੂਰੀ ਹੈ ਮੇਰੀ ਉਹਨੂੰ ਮੈਂ ਚਾਰ ਤੋਂ ਪੰਜ ਵਾਰੀ ਮਾਰਿਆ ਠੀਕ ਹੈ ਤੇ ਨਾ ਕੋਈ ਮਾਰਿਆ ਨਾ ਦੀ ਪਾੜ ਕੇ ਹੱਥ ਆਵਾਂ ਦੀ ਇਸ ਬੰਦੇ ਰਿਪੋਰਟਾਂ ਮਰਾ ਕੇ ਵੀਡੀਓ ਡਵਾਣਾ ਚਾਹੁੰਦੇ ਕਿ ਸਾਡੀ ਵੀਡੀਓ ਨਾ ਲੱਗੇ ਕਿਉਂ ਅਸੀਂ ਟਾਪ 1 ਤੇ ਬੈਠੇ ਹਾਂ ਯਾਰ ਦੂਏ ਖੇਡਣ ਨਹੀਂ ਆਉਂਦੇ ਤੂੰ ਜਿਤਨੀ ਵਾਰੀ ਮੈਨ ਤਨ ਵਾਰੀ ਤੂੰ ਮਨ ਗਾਲੀਆਂ ਕੱਢੀਂ ਲਾਈਵ ਤੇ ਬੈਠ ਨਾਨੇ ਸਬਸਕ੍ਰਾਈਬਰ ਜ਼ਿਆਦਾ ਨਹੀਂ ਨਾ ਕੇ ਸਮਝਿਆ ਕਿ ਬੈਂ ਛੋਟੇ ਯੂਜ਼ਰਨ ਨੂੰ ਰਿਪੋਰਟ ਕਰੇ ਛੋਟਾ ਮਰਾ ਕੇ ਇਨਾਂ ਨੇ ਕੌਣ ਉਡਵਾ ਕੇ ਬੜਾ ਕੰਮ ਕਰ ਲੈਂਦੇ ਠੀਕ ਹੈ ਬੈਂ ਸਰਵਿਸ ਗੱਲ ਦੋਖ ਲੱਗੇ ਕਿ ਯਾਰ ਇੱਕ ਬੰਦੇ ਨੂੰ ਇਤਨਾ ਤੂੰ ਆਪਣੇ ਆਪ ਨੂੰ ਸਮਝਿਆ ਕਿ ਤੇਰਾ ਨਾਂ ਨੇਕੀ ਤੂੰ ਰੈਂਕਿੰਗ ਜੋ ਬੈਂ ਨਾ ਠੀਕ ਹੈ ਤੇਰੀ ਹਰ ਬੰਦਾ ਇੱਜ਼ਤ ਕਰਦਾ ਰਹੇ ਲੇਕਿਨ ਤੂੰ ਜਿਹੜਾ ਸ਼ੌਧ ਲਾ ਗਾਮ ਕੀ ਤਾਂ ਕੌਣ ਬੈਨ ਕਰਾ ਕੇ ਤੂੰ ਮੁਕਾਬਲਾ ਕਰ ਵੀਡੀਓ ਵੀਡੀਓ ਹੁੰਦੀ ਹੈ ਤੁਸੀਂ ਕੇ ਸਮਝੇ ਕਿ ਛੋਟੇ ਯੂਰਨ ਦਬਾ ਕੇ ਅਸੀਂ ਆਪਣਾ ਆਪ ਨੂੰ

बाकी मैं आपको रिपोर्ट का तरीका बताता हूं आपने जाके ना फिर वो काम भी करना है ਅੱਛਾ ਯਾਰ ਵੇਖ ਲੈਨੇ ਇਹਨੂੰ ਵਾਦਨ ਮਰਦ ਹੋ ਇਹਨੂੰ ਵਾਦਨ ਮੁਕਾਬਲਾ ਕਰਨਾ ਕਿ ਅਗਲੇ ਬੰਦੇ ਦਵਾਨ ਅਗਰ ਗੇਮ ਚੋਂ ਮਾਰੇ ਤਾਂ ਤੁਸੀਂ ਉਹਦੇ ਟਿਕਟਕ ਕੋਣ ਡੁਡਵਾ ਦੇ ਸੋਦੀ ਮਿਹਨਤ ਸਾਰੀ ਜ਼ਾਇਆ ਕਰਾ ਦੇਸੋ ਮੈਂ ਸਾਰੀ ਪਾਣੀ ਡੁਡਵਾ ਦੇ ਕਿਉਂਕਿ ਘੜ ਕੋ YouTube ਦੀ ਪਾਵਰ ਠੀਕ ਹੋ ਗਿਆ ਮਸਲਾ ਨਹੀਂ ਹੈ ਛੋਟੇ ਯੂਜ਼ਰ ਨਾਲ ਇੰਜ ਜਿਹਨੇ ਜਿੰਨੇ ਛੋਟੇ ਯੂਜ਼ਰ ਤੁਸੀਂ ਸਾਰੇ ਦਵਾਨ ਇੰਜ ਹੋਣਾ ਤੁਸੀਂ ਕਿਸਨ ਮਾਰ ਸੋਣਾ ਤੁਸੀਂ ਆਖੋ ਮੈਂ ਵੱਡੇ ਪਲੇਅਰ ਨੂੰ ਮਾਰ ਲੇ ਬੜਾ ਕੰਮ ਕਰ ਲੇ ਤੁਹਾਡੇ ਤੋਂ ਨੇ ਵੀਡੀਓ ਲਾ ਦੇਣੀ ਹੈ ਤੁਹਾਡੇ ਤੇ ਵੀਡੀਓ ਲਾ ਕੇ ਤੁਹਾਡੀ ਵੀਡੀਓ ਡੁਡਵਾ ਦੇਣੀ ਹੈ ਪਹਿਲੇ ਤੇ ਇਸ ਲਾਈਵ ਸਟ੍ਰੀਮ ਤੇ ਮੈਂ ਗੱਲਾਂ ਘੜੀਆਂ ਨਾ ਮੈਂ ਤਾਂ ਇਹਨੇ ਮੇਰੀ ਵੀਡੀਓ ਤੇ ਰਿਪੋਰਟ ਮਰਾ ਕੇ ਮੇਰਾ ਅਕਾਊਂਟ ਬੈਨ ਦੋਵੇਂ ਕਰਾ ਦਿੱਤੇ ਠੀਕ ਹੋ ਗਿਆ ਪਬਜੀ ਤੇ ਮਸਲਾ ਨਹੀਂ ਹੈ ਤੇ ਚਾਚੇ ਤੇ ਹੁਣ ਇੱਕ ਗੱਲ ਇਹ ਕਰਨੀ ਹੈ ਕਿ ਬੈਨ ਦੀ ਸਰੀ ਕਮੀਆਂ ਵਾਲਾ ਸ਼ੋਦੇਲਾ ਕੰਮ ਕੀਤਾ ਸੋ ਵੀਡੀਓ ਡਿਲੀਟ ਕਰਵਾ ਕੇ ਉਸ ਤੋਂ ਬਾਅਦ ਸਾਰਨਾਂ ਵੱਡਾ ਕੰਮ ਕੀ ਕੀਤਾ ਜਿੱਤੇ ਮੈਨੂੰ ਕੋਡ ਲੱਗੀ ਦਵਾਨੇ ਸਮਝ ਲੈ ਠੀਕ ਆ ਤੂੰ ਵੀਡੀਓ ਡਿਲੀਟ ਕਰਾ ਚੜੀ ਹੈ ਤੇਰੀ ਜਿੰਨੀ ਔਕਾਤ ਹੈ ਤੂੰ ਕਰਾ ਸਕਦਾ ਤੂੰ ਲੇਕਨ ਜਿਹੜਾ ਐਟੈਕ ਕੀਤਾ ਇੱਕ ਵਾਰੀ ਚਾਚੇ ਦੇ ਮੈਂ ਸੁਣੋ ਜੋ ਜਾਣ ਕੇ ਪੈਂਡੂ ਵਕਲ इनको ਕਿਸੇ ਨਾ बड़े शहर में आना चाहिए कोई कराची लाहौर पिंडी इस्लामाबाद किसी बड़े शहर में इनको कोई साल एक छोड़ो ताकि इनको कोई शोर भी आए हाँ जी फिर मेरे नाल सारे पेंडू मेरे जितने चाचे पुत्र सारे पेंडू कोई मेरे नाल तो बर्गर है ही नहीं ਪੈਂਡੂ ਆਵਾਦੇ ਕੋ ਤਗੜੇ ਹੋ ਜਾਓ ਨਾ ਜ਼ਰਾ ਇਹਨੂੰ ਪੂਰਾ ਪੂਰਾ ਰਿਪਲਾਈ ਦਿਓ ਨਾ ਜਿੱਥੇ ਜਿੱਥੇ ਬਿਆਨ ਇਸਰੀ ਦੀ ਵੀਡੀਓ ਵੇਖੋ ਨਾ ਇਹਨੂੰ ਦੱਸੋ ਕਿ ਪੈਂਡੂ ਕਿਹ ਹੈ ਹੁੰਦੇ ਨੇ ਠੀਕ ਹੈ ਬਹਰਾਲੋ ਇਸ ਬੰਦੇ ਪੈਂਡੂ ਆ ਕੇ ਠੀਕ ਹੋ ਗਏ ਮਸਲਾ ਨਹੀਂ ਹੈ ਪੈਂਡੂ ਆ ਪਿੰਡਾਂ ਵਿੱਚ ਰਹਿਣੇ ਲਾ ਹਮਦੁਲਿਲਾ ਆਪਣੇ ਨਾਂਤ ਜਾਣ ਵੈਂਦੇ ਆ ਦਵਾੜੇ ਯਾਰ ਯਾਰ ਗਲੀ ਨੰਬਰ ਜਾਂ ਘਰ ਦੇ ਨੰਬਰ ਤੋਂ ਨਾ ਜਾਣ ਵੈਂਦੇ ਚੀਤਾ ਨਹੀਂ ਪਤਾ ਹੈ ਬਹਰਾਲੇ ਪੈਂਡੂ ਵਾਲੀ ਗੱਲ ਦਾ ਜਵਾਬ ਇਨਸ਼ਾਅੱਲਾ ਬਹੁਤ ਜਲਦੀ ਹੈਵੀ ਲ ਦੇਸਾਂ ਤਾਂ ਮੈਂ ਇਹਨਾਂ ਦੇਸਾਂ ਸਾਰੇ ਪੈਂਡੂ ਦਾ ਜਵਾਬ ਦੇਸਾਂ ਜਿੰਨੇ ਪੈਂਡੂ ਨਹੀਂ ਤਨ ਸਾਰੇ ਜਵਾਬ ਦੱਸਣ ਕਿ ਪਿੰਡੂ ਕੇਸ਼ ਹੈ ਹੁੰਦੀ ਠੀਕ ਹੈ ਬਰਗਰ ਵੀ ਤੇ ਪਿੰਡ ਵੀ ਤਨ ਪੂਰਾ ਮੈਂ ਉਹਨ ਕਮਿਊਨਿਟੀ ਫਰਕ ਕਰਕੇ ਦੱਸਾਂ ਇਨਸ਼ਾਅੱਲਾ ਉਸ ਦਿਵਾਰ ਯਾਰ ਮੈਂ ਨਿਕ ਨਿਕੀ ਗੱਲ ਨਹੀਂ ਸਮਝ ਆਉਂਦੀ ਤੂੰ ਜੇ ਠੀਕ ਹੈ ਵੀਡੀਓ ਡਿਲੀਟ ਕਰਾਈਆਂ ਮੇਰੀਆਂ ਪਹਿਲਾ ਕਰਾਈਆਂ ਦੂਜੀ ਫਿਰ ਤੇਰੀ ਲਾਈਆਂ ਤੂੰ ਕਰਾਈਆਂ ਨਹੀਂ ਮੈਂ ਹਰ ਬੰਦੇ ਨੂੰ ਮਾਰਿਆ ਮੈਂ ਐਸੀ ਡਿਆਜ਼ ਨੂੰ ਮਾਰਿਆ ਠੀਕ ਹੋ ਗਿਆ ਜਿੰਨੇ ਰੈਂਕਿੰਗ ਜੋ ਬੈਠੀ ਹੋਈ ਨਹੀਂ ਨਾਨ ਸਾਰਿਆਂ ਨੂੰ ਮੈਂ ਮਾਰਿਆ ਹਫੀਜ਼ ਵਾਈਟ ਨੂੰ ਮਾਰਿਆ ਠੀਕ ਹੋ ਗਿਆ ਰੌਨ ਫਿਉਰਿਨ ਮਾਰਿਆ ਦੋ ਵਾਰੀ ਮਾਰਿਆ ਸਹੀ ਹੋ ਗਿਆ ਮਤਲਬ ਹਰ ਬੰਦੇ ਨੂੰ ਮੈਂ ਮਾਰਿਆ ਮੇਰੇ ਨਾਲ ਤਾਂ ਕਿਸੇ ਨੇ ਨਹੀਂ ਕੀਤਾ ਕਿਸੇ ਰਿਪੋਰਟ ਵਾਲਾ ਸੀ ਨਹੀਂ ਕੀਤਾ ਯਾਰ ਪੋਟਾ ਮੈਂ ਵੀ ਮਾਰ ਸਕਦਾ ਮੈਂ ਵੀ ਜੱਤ ਵਟਸਐਪ ਗਰੁੱਪ ਬਣਾ ਲਵਾਂ ਯਕੋ 2 400 ਬੰਦਾ ਕੱਟਾ ਕਰਕੇ ਆਖਾਂ ਕਿ ਮੇਰੇ ਕੋ ਪਬਲਿਕ ਨਹੀਂ ਹੈ ਮੈਂ ਤੇਰਾ ਟਿਕਟ ਅਕਾਊਂਟ ਦੇਜਾ ਮੈਂ ਕਰਪੋਟਾ ਮਾਰੂ ਲੇਕਿਨ ਯਾਰ ਜੀ ਸ਼ੋਹ ਦੇਣਾ ਨਾ ਅਸੀਂ ਪਿੰਡ ਜਿਹਰੇ ਨੇ ਆਲੇ ਸਾੜ ਜਿਹੇ ਹੀ ਫਰਕ ਅਸੀਂ ਤੂੰ ਸ਼ਹਿਰ ਵੀ ਰਹੇ ਨੇ ਆਲਾ ਤੂੰ ਸ਼ੋਹਦਾ ਤੂੰ ਹਰ ਹੱਦ ਤੱਕ ਗਿਰ ਸਕਦਾ ਠੀਕ ਹੈ ਤੂੰ ਇਤਨੀ ਗਰੀ ਹੋਰਕਤ ਕਰ ਸਕਦਾ ਤੁਸੀਂ ਤੂੰ ਅੱਗਾ ਵੀ ਗਿਰ ਸਕਦਾ ਤੇਰਾ ਮਨ ਅੱਛੀ ਤਰ੍ਹਾਂ ਪਤਾ ਤੂੰ ਬਹੁਤ ਜ਼ਿਆਦਾ ਸ਼ੋਹਦਾ ਠੀਕ ਹੋ ਗਿਆ 10 15 ਵੀਡੀਓਜ਼ ਲਗਾ ਚ ਮੁਝੇ ਨਹੀਂ ਫਰਕ ਪੜਦਾ ਯਾਰ ਗਾਲੋ ਆਗੀ ਤਾਂ ਮੈਂ ਕਿਵੇਂ ਆਖਾਂ ਕਿ ਤੂੰ ਮਰਦ ਹੈ ਤੂੰ ਮਰਦ ਹੈ ਨਾ ਨਾ ਤੂੰ ਤਾਂ ਬਰਗਰ ਇੱਕ ਬੱਚਾ ਤੂੰ ਮੈਨ ਪੈਂਡੂ ਆ ਕੇ ਸਾਰੀ ਕੱਲ ਤੂੰ ਬਰਗਰ ਹੀ ਆ ਤਾਂ ਇਹਦੇ ਤੋਂ ਤਾਂ ਕਰ ਸਕਦਾ ਤਾਂ ਇਹ ਫਰਕ ਨਹੀਂ ਪਉਂਦਾ ਤਾਂ ਤੂੰ ਪੂਰਾ ਡੇਢ ਘੰਟਾ ਕਿਉਂ ਮੇਰੇ ਟਿਕਟ ਟੱਕ ਰਿਪੋਰਟਾਂ ਮਰਾਂਦਾ ਰਿਹਾ ਠੀਕ ਹੈ ਤਾਂ 15 ਵੀਡੀਓ ਹੀ ਲਾ ਵੀਡੀਓ ਤੇ ਬਦਲੇ ਵੀਡੀਓ ਹੁੰਦੀਆਂ ਨਾ ਮੁਕਾਬਲਾ ਹੁੰਦਾ ਮਰਦ ਆ ਲੱਗਦਾ ਤੇਰੀ ਗੇਮ ਨਹੀਂ ਯਾਰ ਤੂੰ ਟਾਪ 1 ਤਨਾ ਬੈਠੇ ਤੇਰੀ ਮੈਚਿੰਗ ਜਵਾਂ ਸਾਨੂੰ ਮਾਰ ਕੇ ਤੂੰ ਵੀਡੀਓ ਲਾ ਫਿਰ ਮੈਂ ਕਿ ਚਲੋ ਤੂੰ ਵੀਡੀਓ ਲਾਈ ਰਿਪੋਰਟ ਆਲਾ ਯਾਰ ਕਿਹੜਾ ਹੁੰਦੇ ਤੇ ਸ਼ੋਅ ਤੇ ਲੱਗਾ ਹੁੰਦੇ ਤੇ ਗੱਟੀਆ ਤੇ ਕੰਮੀ ਤੇ ਇਹਨੇ ਮੇਰੇ ਨਾਲ ਦੋਵੇਂ ਟਿਕਟੌਕ ਹੁਣ ਬੈਨ ਕਰਾਏ ਮੈਂ ਮਸਲਾ ਨਹੀਂ ਆ ਠੀਕ ਉਹ ਤੇ ਮੇਰੀ ਪਬਲਿਕ ਆ ਜੋ ਵੀ ਆ ਮਸਲੇ ਨਹੀਂ ਆ ਲੇਕਿਨ YouTube ਤੇ ਜਿਹੜੇ ਬੰਦੇ ਆ ਨੇ ਇਹ ਓਰੀਜਨਲ ਨੂੰ ਨਸਲੀ ਤਾਂ ਲਾਲੀ ਨੂੰ ਠੀਕ ਹੈ ਪਿੰਡਾਂ ਵਾਲੇ ਨੂੰ ਓਰੀਜਨਲ ਪਿੰਡੂ ਨੂੰ ਤੇ ਹੁਣ ਪਿੰਡੂ ਨੂੰ ਇਨਸ਼ਾ ਅੱਲਾ ਪੂਰੀ ਪੂਰੀ ਸਪੋਰਟ ਹੀ ਮਨ ਕਰ ਸਨੋ ਤੇ ਤਾਂ ਨਹੀਂ ਪੂਰਾ ਪੂਰਾ ਦੱਸਣ ਕਿ ਪਿੰਡੂ ਕੇਸ਼ ਆ ਹੁੰਦੀ ਹੈ ਤੇ ਬਾਕੀ ਜੱਜ ਦੇ ਮਸਲਾ ਨਹੀਂ ਆ ਦੁਆੜੀ ਸਪੋਰਟ ਆ ਨਾਲ ਤੇ ਇਨਸ਼ਾ ਅੱਲਾ ਖੈਰ ਉਹ ਅਸੀਂ ਮਸਲਾ ਨਹੀਂ ਇਹ ਕੌਣ ਬੈਨ ਹੁੰਦੇ ਰਹਿੰਦੇ ਨੋ ਇਹ ਮੇਰੇ ਨਾਲ ਕਿਹੜਾ ਪਹਿਲੀ ਵਾਰੀ ਹੋਇਆ ਮੇਰੇ ਬੈਨ ਦੀ ਸੀਰੀ ਸੀਜ਼ਨ ਦਾ ਤੋਂ ਲੈ ਹੁਣ ਤੱਕ ਕੌਣ ਵੀ ਬੈਨ ਇਹ ਜਿੰਨੇ ਸਾਰੇ ਫਾਲੋਅਰ ਹੀ ਕੋਈ ਨਾ ਨਾ 50 60 ਫਾਲੋਅਰ ਆ ਤਾਂ ਬੈਨ ਹੋ ਗਿਆ ਮਸਲਾ ਨਹੀਂ ਹੈ ਤੂੰ ਅਗਰ ਪੁਰਾਣਾ ਤੇ ਤੂੰ ਜਾਣਦਾ ਹੋਸਾ ਮੇਰੇ ਤੇ 2 2 ਲੱਖ ਕੋ ਫਾਲੋਅਰ ਵਾਲੇ ਵੀ ਬੈਨ ਹੋ ਚੁੱਕੇ ਸੀਜ਼ਨ 8 10 11 12 ਵੀ ਠੀਕ ਹੈ ਮਤਲਬ ਉਹਨਾਂ ਦਿਨਾਂ ਵਿੱਚ ਵੀ ਰੂਜ ਰਿਹਾ ਤੇ ਮਸਲਾ ਨਹੀਂ ਟਿਕਟੌਕ ਦਾ ਸੀ ਚੀਜ਼ ਹੈ ਤੇ ਫੌਰਨ ਬੈਨ ਹੋਣੀ ਰਿਪੋਰਟ ਆ ਪਵਨ ਮੈਂ ਦੱਸਿਆ ਨਹੀਂ ਮੈਂ ਚਾਹਾਂ ਤਾਂ ਮੈਂ ਤੇਰਾ ਕੋਣ ਉਡਵਾ ਸਕਦਾ ਚਾਚੇ ਰਿਪੋਰਟ ਤੇ ਲੱਗੇ ਬਣ ਰਿਪੋਰਟ ਨਾਲ ਤਨ ਫਨਾ ਕਰ ਛੱਡ ਲੇਕਿਨ ਇਹ ਸ਼ੋਅ ਦਾ ਕੰਮ ਆਪਾਂ ਕਰਨਾ ਨਹੀਂ ਹੈ ਨਾ ਆਪਾਂ ਪਿੰਡਾਂ ਵਾਲੇ ਆਪਾਂ ਤਾਂ ਪੂਰੀ ਗੱਲ ਦੱਸਾਂ ਇਨਸ਼ਾਅੱਲਾ ਤੇ ਹੁਣ ਅਗਲੀ ਗੱਲ ਦੇ ਸੀ ਦੀ ਇਹ ਇਹਨਾਂ ਨੇ ਮੈਨੂੰ ਪਹਿਲੇ ਰਿਕਾਲਪੇ ਟਾਰਗੇਟ ਕੀਤਾ ਤਾਂ ਉਸਕੇ ਬਾਅਦ ਇਧਰ ਇਹਨਾਂ ਨੇ ਮੈਨੂੰ ਮਾਰਿਆ ਤਾਂ ਔਰ ਗਾਲੀਆਂ ਦਿੱਤੀਆਂ ਯਹਾਂ ਪੇ ਅਸਲ ਗਾਲ ਇਹ ਜਿਹੜਾ ਬੋਲੀ ਆਵਾਮ ਜਿਹੜੀ ਨਹੀਂ ਹੁੰਦੀਆਂ ਜਿਹੜੇ 버ਗਰ ਹੁੰਦੇ ਨੇ ਉਹ ਬੋਲੇ ਬਣਦੇ ਨੇ ਇਹਦੇ ਤਲਾ ਆਵਾਮ ਸਾਰੇ 버ਗਰ ਨੂੰ ਠੀਕ ਹੈ ਔਰ ਇਹ ਸੁਣਦੇ ਪੈਨੇ ਸੁਣਾਉਂਦਾ ਪਿਆ ਮੈਂ ਨਹੀਂ ਸਿਰ ਮੈਂ ਰੈਂਕ ਕਰ ਰਿਹਾ ਠੀਕ ਹੈ ਮੇਰੇ ਟਿਕਟੌਕ ਦੀ ਵੀਡੀਓ ਸਾਰੀ ਲੱਗ ਗਈ ਨੇ ਮੈਂ ਸਨੈਕ ਤੇ ਲੱਗ ਗਈ ਮੈਂ ਰੈਂਕ ਕਰ ਰਿਹਾ ਠੀਕ ਹੈ ਮੈਂ ਬੰਦਾ ਰੈਂਕ ਕਰ ਰਿਹਾ ਜਿਹੜਾ ਬੰਦੋ ਕਿਸਨ ਟਾਰਗੇਟ ਕਿਉਂ ਕਰਦਾ ਤੁਸੀਂ ਮੈਨੇ ਦੱਸੋ ਇਤਨਾ ਪਤਾ ਕਿਲ ਮੈਸਜ ਆ ਰਹੀ ਮੈਂ ਟੀਮ ਮੇਟ ਨਾਲ ਕਿ ਇਹਨੂੰ ਅਜੇ ਨਹੀਂ ਮਾਰਨਾ ਇਹਦਾ ਰੈਂਕ ਇਹਨੂੰ ਮਾਈਨਸ ਨਹੀਂ ਪਾਉਣਾ ਐਂ ਤੇ ਨਾਲ ਫਾਈਟ ਲਾਤਾ ਟੀਮ ਆਪੋ ਨਾ ਕਰਨ ਲੱਗੇ ਕਿਉਂਕਿ ਸਾਡਾ ਵੀ ਰੈਂਕ ਆਈ ਸਾਣ ਵੀ ਚਿਕਨ ਦਾ ਦੋ ਤਿੰਨ ਪਲੱਸ ਮੇਰੇ ਨਾਲ ਸੀ ਮਿਹਨਤ ਕਰ ਰਿਹਾ ਤੇਰੇ আর ਪੰਨਾਂ ਬਣਨ ਆਈ ਦੇ ਕੇ ਕੋਈ ਨਾ ਮਿਹਨਤ ਕਰੇ ਸੋਲੋ ਗੱਲੇ ਖੇਡ ਰਿਹਾ ਆਪਣੀ ਆਪਣੀ ਆਈਡਿਟੀ ਠੀਕ ਹੈ ਤੇ ਉਸ ਤੋਂ ਬਾਅਦ ਨਾ ਇਸ ਬੰਦੇ ਨੇ ਕੀਤਾ ਇਸ ਬੰਦੇ ਆ ਕੇ ਨਾ ਮੈਂ ਗਾਲੀਆਂ ਕਢੀ ਨਾ ਲਾ ਕੇ ਬਸ ਇਹਨੂੰ ਮਾਰਿਆ ਅਸਾਂ ਕਿ ਚਲੋ ਚ ਘਰ ਚਲਾ ਲਵੇ ਉਹ ਇਹ ਉਹ ਮੈਦਨੋ ਵੀਡੀਓ ਵਿਖਾਣਾ ਕੋਈ ਇਹ ਸੋਚ ਕੇ ਆਤੇ ਗੰਦੀ ਨਸਲ ਵਾਲੇ ਕਿ ਇਹ ਟੌਪ ਤੇ ਬੈਠਾ ਹੋਇਆ ਰੈਂਕਿੰਗ ਵਿੱਚ ਸਭ ਤੋਂ ਉੱਪਰ ਹੈ ਪਾਕਿਸਤਾਨ ਵਿੱਚ ਤੇ ਇਸ ਕੋ ਮਾਰ ਕੇ ਟਿਕਟੌਕ ਲਗਾएंगे ਤਾਂ ਵਿਊਜ਼ ਆ ਜਾਣਗੇ ਤਾਂ ਉਹਨ ਵਿਊਜ਼ ਸੇ ਅੱਛਾ ਟਿਕਟੌਕ ਦਾ ਵਿਊਜ਼ ਆ ਕਿ ਆਪਣਾ ਘਰ ਚਲਾ ਗਾਲੂ ਆ ਗਈ ਟਿਕਟੌਕ ਤੇ ਘਰ ਨਹੀਂ ਚੱਲਦੇ ਘਰ ਯੂਟਿਊਬਰ ਚੱਲਦੇ ਨੋ ਇਨੇ ਫਿਰ ਇੱਕ ਹੋਰ ਚੀਜ਼ ਹੋਈ ਨਾ ਉਹ ਤੇ ਲਾਈਵ ਤੇ ਬਖਸਪੋਸ ਪੇ ਕਰਦਾ ਕਿ ਨਾ WhatsApp ਦੇ ਗਰੁੱਪ ਦਿੱਤੇ ਆਂਦੇ ਨੇ ਸਕੈਮਰ ਉਹਨਰੇ ਇਹ ਉਹ ਮੇਰੀ ਜਾਨ ਦੇ ਟੋਟੇ ਮੈਨੇ ਨਾ ਚਾਉ ਪਿਆਸ ਦੀ ਲੋੜ ਕੋਈ ਨਹੀਂ ਠੀਕ ਹੈ ਉਹ WhatsApp ਦੇ ਗਰੁੱਪ ਮੇਰੇ ਵੀ ਨਹੀਂ ਮੇਰੇ ਬੇਲੀ ਦੇ ਲੱਗੇ ਹਨ ਮੈਂ ਤੇ ਨਾ ਚੀਜ਼ ਲੋਡ ਹੀ ਕੋ ਨਹੀਂ ਇਹ ਤੇ ਤੁਹਾਡੇ ਕੰਮ ਨਹੀਂ ਤੇ ਲਾਈਵ ਤੇ ਬੈ ਕੇ ਚੰਬੇ ਕਮਾਉਣਾ ਅਸੀਂ ਜੇ YouTube ਤੇ ਬਣਾਣਾ ਹੁੰਦਾ ਨਾ ਸਾਡਾ ਦੇਹ ਲੰਦਾ ਕਮਾਣੇ ਕਮੂਣੇ ਦੇਖਸਨ ਪਤਾ ਨਾ ਤੁਹਾਡੀ ਰੋਜ਼ੀ ਰੋਟੀ ਇਹ ਹੀ ਹੈ ਅਸੀਂ ਮੇਰੀ ਜਾਨ ਦੇ ਟੋਟੇ ਸੀਜ਼ਨ 2 ਦੇਖ ਸਾਡੀ ਅਸੀਂ TikTok ਸ਼ੁਰੂ ਕੀਤੀ ਤੇ ਅਸੀਂ YouTube ਤੇ ਪਬਲਿਕ ਆਣ ਸਕਦੇ ਹਾਂ ਤੁਸੀਂ ਟਾਈਮ ਸੋਖੀ ਵੀ ਆ ਵੈਣੀ ਹੈ ਸਹੀ ਹੈ ਤੇ ਤੂੰ ਸਾਨੂੰ ਕਹਿੰਦਾ ਪੈਂਡੂ ਹੁਣ ਇਨਸ਼ਾਅੱਲਾ ਤੈਨੂੰ ਪੈਂਡੂ ਦੀ ਪਾਵਰ ਮੈਂ ਪੂਰੀ ਵਿਖਾਸਾ ਪੈਂਡੂ ਕੀ ਹੁੰਦੇ ਨੇ ਨਾ ਬ੍ਰਾਂਡ ਹੁੰਦੇ ਨੇ ਜਿਹਾ ਤੁਹਾਡੇ ਹਰ 버ਗਰ ਬ੍ਰਾਂਡ ਹ

اگر تو یہ ریکال کرنے آئے ہوتے نا تو وہ پتہ لگ جاتا ہمیں اتنا تو ایکسپیرینس ہو گیا قسم لا رہا تو برگر بچن پھدو بڑا سکدا لیکن تو نہ دو جن پھدو بڑا سکدا ہن جاجے دے پترو میں تو ویڈیو کھاناں جی اس ویڈیو دی گل اچھا کتنا بڑا جھوٹ بولے کہ فائٹ تو پہلے بندے مرن تے اللہ 890 دی واچنگ آ رہے ہو بھی کہہ رہے ہیں واہ واہ جی ہمیشہ حقیقت نہ چلتا تو پتہ لگ گیا نا تے ہن اے میں سارے میں مکس کیتے ہوں ٹھیک ٹھاک دے ویڈیو لانا ٹھیک ہے نا پورے کلائنوں تقریبا ماردا ہن تسی چیک کرنا ہے کرشر ایک ٹیم میں ہو گیا اس ناک کیتا ਠੀਕ ਹੋ ਗਿਆ ਮਸਲਾ ਨਹੀਂ ਹੈ ਹੁਣ ਤੁਸੀਂ ਅਗਲਾ ਵੇਖਣਾ ਕਿ ਟੀਮ ਮੇਟ ਸਿਰਫ ਗਿਣੀ ਉਹਨਾਂ ਕਿ ਇੱਕ ਮੈਚ ਪੰਜ ਬੰਦੇ ਕਿਵੇਂ ਖੇਡ ਸਕਦੇ ਹਨ ਹੁਣ ਇਹ ਮੇਰਾ ਦੂਜੇ ਟੀਮ ਮੇਟ ਹੋ ਦੋ ਹੋ ਗਏ ਵੁਲਵ ਡੈਵਲ ਕ੍ਰਸ਼ ਡੈਵਲ ਦੋ ਹੋ ਗਏ ਤੇ ਹੁਣ ਤੁਸੀਂ ਤੀਸਰਾ ਬੰਦਾ ਚੈੱਕ ਕਰਨਾ ਰਾਜਪੂਤ ਤਿੰਨ ਹੋ ਗਏ ਸਹੀ ਹੈ ਤਿੰਨ ਬਣੇ ਮਾਰੇ ਚਿਕਨ ਹੋ ਗਏ ਇਹ ਨਵਾਂ ਮੈਚ ਕੋ ਲਾਗਵੰਦਾ ਜਿਹੜੇ ਬੰਦਾ ਪਹਿਲਾਂ ਕਿ ਪਿੱਛੇ ਦੋ ਬੰਦੇ ਜ਼ਿੰਦਾ ਨਾ ਹੋ ਫਿਰ ਇੱਥੇ ਤਿੰਨੇ ਬੰਦੇ ਜ਼ਿੰਦਾ ਹਨ ਠੀਕ ਹੈ ਜਿਹੜਾ ਬਾਅਦ ਨੂੰ ਬੇਵਕੂਫ ਬਣਾ ਰਿਹਾ ਹੁਣ ਹੱਥ ਜਿਹੜੇ ਸਾਕੇ ਟਾਰਗੇਟ ਕਰਦੇ ਪੈਨ ਹੁਣ ਇੱਥੋਂ ਇਹ ਤੁਸੀ ਚ ਯਾਰ ਇਹ ਮੈਚ ਪੰਜ ਬੰਦੇ ਕਿਵੇਂ ਖੇਡ ਸਕਦੇ ਤੂੰ ਮੈਨੇ ਦੱਸੋ ਯਾਰ ਤੂੰ ਪਾਗਲ ਹੈਂ ਜ਼ਹਿਨੀ ਤੌਰ ਤੇ ਜਵਾਮ ਨੂੰ ਚੂਤਿਆ ਬਣਾ ਰਿਹਾ ਅੱਛਾ ਇਹਨੂੰ ਨਾ ਤੁਸੀਂ ਮਾਰਦੇ ਵੀ ਗਾਨ ਨਾਲ ਜਿਹੜੇ ਸਾਕੇ ਫਿਸ਼ ਕਰਾਉਂਦੇ ਨੇ ਗਾਲ੍ਹੀਆਂ ਕੱਢਦੇ ਨੇ ਬੈਨ ਇਸਰੀ ਕਿੰਨਾ ਬੰਦਾ ਕੂੜਾ ਹੈ ਐ ਫਿਰ ਅਲੱਗ ਮੈਚ ਜਿਹੜਾ ਸਭ ਤੋਂ ਪਹਿਲਾਂ ਇਸ ਨੂੰ ਮਾਰਿਆ ਆਈ ਇਸ ਗਾਲ੍ਹੀਆਂ ਗੋਲੀਆਂ ਕੱਢੀਆਂ ਠੀਕ ਹੈ ਲਾਈਵ ਤੇ ਬੈ ਕੇ ਨਾ ਐ ਉਹ ਮੈਚ ਹੈ ਇਸ ਬੰਦੇ ਕਿੰਨਾ ਮਦਦਨ ਚੂਤਿਆ ਬਣਾਇਆ ਕਿ ਬੈਨ ਇਸਰੀ ਨਾਲੇ ਦੋ ਬੰਦੇ ਮਾਰੇ ਛੱਡਿਆ ਦੋ ਬੰਦੇ ਹੰਜ ਹੋ ਗਏ ਨੰਜ ਹੋ ਗਏ ਕਿਹੜੇ ਯਾਰ ਤੂੰ ਸਾਡੇ ਦੋ ਬੰਦੇ ਮਾਰਿੰਦਾ ਇਹ ਕਿਉਂ ਆਵਾਮ ਨੂੰ ਚ मैं नहीं था, था से तब इनके दो बंदे मरे कब है? इसी फाइट के दौरान मरे हैं इनके दो बंदे ये देख लो फाइट से पहले अच्छा, मरण देखो मेरे बंदे केड़ी जगह तनो तो मेरे दो बंदो तो मारने बंदे केड़े। ना दे, कोई बंदे मारे ही नहीं अलग फाइट लाके मरी ठीक है ਉਸ ਤੋਂ ਬਾਅਦ ਚੈੱਕ ਕਰੋ ਇਹਨੂੰ ਜੀ ਫਿਨਿਸ਼ ਕਰ ਛੱਡ ਦੇ ਤਾਂ ਇਸਾ ਕਿ ਫਿਸਟ ਨਾਲ ਮਰਦਾ ਯਾਰ ਇਤਨਾ ਘਟੀਆ ਇਤਨਾ ਬੈਂਚ ਚੋਤ ਬਗੈਰਤ ਬੰਦਾ ਮੈਂ ਨਹੀਂ ਵੇਖਣਾ ساری ਜ਼ਿੰਦਗੀ ਤੇ ਚਾਚੇ ਤੇ ਹੁਣ ਮੇਨ ਗੱਲ ਇਹ ਆ ਕਿ ਹੁਣ ਤੁਸੀਂ ਮੈਨਸ ਇਤਨੀ ਗੱਲ ਦੱਸੋ ਇਸ ਬੰਦੇ ਕਿਹੜੀ ਹੱਤ ਆ ਗਿਆ ਸਾਰਾ ਇਸ ਕੀ ਤਾਂ ਠੀਕ ਹੈ ਯਾਰ ਮੈਂ ਤੁਹਾਨੂੰ ਸਪੋਰਟ ਕਰੋ ਨਾ ਕਰੋ ਇਹ ਯਾ ਨਾ YouTube TikTok ਸਾਰਾ ਕੋ ਮੈਂ ਛੱਡ ਵਾਸਾ ਕਮਿਊਨਿਟੀ ਤੋਂ ਮੈਂ ਹਟ ਵਾਸਾ ਠੀਕ ਹੈ ਲੇਕਿਨ ਇਹ ਚੀਜ਼ ਮਦੰਦਾ ਚੱਡਾ ਇਹ ਜਿਤਨੇ ਵੀ ਨਹੀਂ ਇਹ ਆਪਣੇ ਨੂੰ ਵੱਡਾ ਕੰਟੈਂਟ ਕ੍ਰੀਏਟਰ ਸਮਝਣ ਕੇ ਸਾਡੇ ਸਬਸਕ੍ਰਾਈਬਰ ਜ਼ਿਆਦਾ ਨਾ ਸਾਡੇ ਕੋਲ ਪਾਵਰ ਹੈ ਅਸੀਂ ਆ మేను నా ਸਮਝ నన్ پتہ నీ پوری ਗਾਲ ਦਾ ਐਸਾ ਕੇ ਜਾ ਹੋਰ ਅਗਰ ਰਿਪੋਰਟਾ ਮਾਰੋ ਉਸ ਰਿਪੋਰਟਾ ਮਰਾ ਛੜੀਆਂ ਠੀਕ ਹੈ ਯਾਰ ਬੰਦਾ ਦੋ ਹੁੰਦਾ ਨਾ ਸਮਝਦਾਰੀ ਵਾਲੇ ਬੰਦੇ ਹੁੰਦੇ ਮੇਰੇ ਨਾਲ ਵਾਕੀ ਪੈਂਡੂ ਬੰਦੇ ਲੇਕਨ ਨਨ ਪਤਾ ਬੈਂਡ ਦੀ ਸਰੀ ਰਿਅਲਿਟੀ ਕੀ ਹੈ ਇਹਨਾਂ ਨੂੰ ਪਤਾ ਕਿਥੇ ਠੀਕ ਹੈ ਕਿਥੇ ਗਲਤ ਹੈ ਸਬਸਕ੍ਰਾਈਬਰ ਵੇ ਕੇ ਨਹੀਂ ਬੰਦੇ ਦਰ ਵੰਦੇ ਇਹਨਾਂ ਨੂੰ ਪਤਾ ਹੈ ਕਿ ਬੈਂਡ ਜਿਹਦਾ ਹੱਕ ਹਲਾਲ ਦਾ ਬੰਦਾ ਹੈ ਇਹ ਹਰਾਮ ਦਾ ਬੰਦਾ ਹੈ ਇਹ ਸੱਚੀ ਗੱਲ ਕਰ ਰਿਹਾ ਝੂਠੀ ਗੱਲ ਕਰ ਰਿਹਾ ਠੀਕ ਹੈ ਤੂੰ ਆਵਾਮ ਨੂੰ ਚੂਤੀਆ ਬਣਾ ਸਕਦਾ ਹੈ ਲੇਕਿਨ ਮੇਰੀ ਆਵਾਮ ਨੂੰ ਨਾ ਤੂੰ ਚੂਤੀਆ ਬਣਾ ਸਕਦਾ ਭਵੇਂ ਮੇਰੇ ਚੰਗੇ ਘਰਾਂ ਦੇ ਤੇਰੇ ਹਰਾਮ ਦੇ ਨਹੀਂ ਹਨ ਕਿ ਮੈਂ ਰਿਪੋਰਟਾਂ ਮਰਾਕ ਔਕਾਤ ਆਪਣੀ ਵਿਖਾ ਕੇ ਕਿਸੇ ਦਾ ਟਿਕ ਟਕ ਕਾਉਂਟ ਉਡਵਾ ਛੜਨਾ ਉਸ ਬੰਦੇ ਨੂੰ ਮਤਲਬ ਨਾ ਫੁੱਲ ਡੀਮੋਟੀਵੇਟ ਕਰ ਛੜਨਾ ਕਿ ਉਸ ਬੰਦੇ ਨੇ ਇਤਨੀ ਮਿਹਨਤ ਕੀਤੀ ਤਾਂ ਕਾਉਂਟ ਤੁਸੀਂ ਦਵਾੜੇ 1 ਮਿੰਟ ਦਾ ਕੰਮ ਲੱਗਾ ਅਗਲੇ ਦਾ ਕਾਉਂਟ ਉਡ ਗਿਆ ਮਸਲਾ ਨਹੀਂ ਹੈ ਲੇਕਿਨ ਇਹ ਚੀਜ਼ ਸੁਣੋ ਯਾਦ ਰੱਖਿਓ ਹੁਣ ਇਨਸ਼ਾ ਅੱਲਾਹ ਕਮਿਊਨਿਟੀ ਵਿੱਚ ਮੈਂ ਰਹਿਸਨਾਂ ਤੂੰ ਬੰਦੇ ਜਿਹੜਾ ਕੰਮ ਕੀਤਾ ਨਹੀਂ ਸ਼ੋਹ ਦੇ ਲਈ ਹਰਕਤ ਹੈ ਇਹ ਹਰਕਤਾਂ ਸੂਟ ਵੀ ਨਹੀਂ ਕਰਦੀ ਜਿੰਨਾ ਤੂੰ ਆਪਣੇ ਨਾਲ ਬਣਿਆ ਟਾਪ 1 ਤੇ ਤੂੰ ਸਾਰੀ ਇੱਜ਼ਤ ਬਣਾਈ ਆਈ ਠੀਕ ਹੈ ਤੂੰ ਹਾਲੀਆਂ ਸਭ ਤੋਂ ਪਹਿਲਾਂ ਗੱਲਾਂ ਕਰੀਆਂ ਤੂੰ ਫਿਰ ਮੈਂ ਗੱਲਾਂ ਦਿੱتن ਰਿਪਲਾਈ ਜਿਸ ਵਜ੍ਹਾ ਤੇਰੀ ਸੜੀ ਹੈ ਤੂੰ ਮੇਰੇ ਟਿਕਟੌਕ ਅਕਾਊਂਟ ਡਿਲੀਟ ਕਰਾ ਛੱਡਿਆ ਨਾ ਕੋਈ ਮਸਲੇ ਨਹੀਂ ਹੁਣ ਇਹ ਵੀ ਆ ਚਾਚੇ ਨਾ ਮੇਰੇ YouTube ਤੇ ਸਟ੍ਰਾਈਕ ਮਾਰ ਸਕਦਾ ਹੈ ਮੇਰੇ YouTube ਦੀ ਵੀਡੀਓ ਉੱਡਾ ਤਾਂ ਸਮਝ ਜਾਵੇਂ ਇਸ ਬੰਦੇ ਸਟ੍ਰਾਈਕ ਮਾਰੀ ਹੈ ਮੈਂ ਪਹਿਲ ਬਦੱਸਦਾ ਨੇ ਮੈਂ ਇਹ ਫਿਰ ਬਾਤ ਚ ਨਾ ਕਿਉਂਕਿ ਬੈਨ ਇਸੀ ਵੀਡੀਓਸ ਪ੍ਰਾਈਵੇਟ ਕਰ ਚੁਡੀਏ ਉਹ ਮੈਂ ਉਹ ਬੰਦੇ ਹੀ ਨਾ ਮੈਂ ਵੀਡੀਓ ਪ੍ਰਾਈਵੇਟ ਕਰਾਂ ਠੀਕ ਹੈ ਖੁਦਾ ਦੀ ਕਸਮਾ ਪਿੰਡਾ ਵਾਲਾ ਬੈਂਡ ਇਸੀ ਰਹੀ ਉਹਦੇ ਨਹੀਂ ਭਵੇਂ ਜਾਣੀ ਹੱਥ ਧੋ ਭਵੀ ਹੈ ਨਾ ਇਹ ਤਾਂ ਟਿਕਟਾਕ ਕੋਣ ਭਵੇਂ ਜਾਣੀ ਲੱਗੀ ਵੇ ਲੇਕਿਨ ਝੁੱਕੇ ਸੀ ਕਦੀ ਨਾ ਖੁਦਾ ਦੀ ਕਸਮਾ ਕਿਸੇ ਤੇ ਚਾਹੇ ਕਦੀ ਨਹੀਂ ਬਾਕੀ ਇਹ ਗੱਲ ਚਾਚੇ ਦੇ ਜ਼ਿਹਨ ਰੱਖੇ ਮੇਰੀ ਵੀਡੀਓ ਰਿਮੂਵ ਹੋਵਨ ਜਾ ਮੇਰੇ ਟਿਕਟਾਕ ਅਕਾਊਂਟ ਹੁਣੇ ਆਖਰੀ ਰਹਿ ਗਏ ਉਹ ਵੀਦਨ ਮੈਂ ਤਾਂ ਵਖਾਨੇ ਕੇ ਕਮੈਂਟ ਕੀਤਾ ਅੱਛਾ ਇਹ ਮੇਰਾ 25 ਵਾਲਾ ਅਕਾਊਂਟ ਨਾਲ ਕੇ ਤਾਂ ਮੈਂ ਹੁਣੇ ਵੀਡੀਓ ਚਾੜ ਉਹ ਦੱਸਿਆ ਨਹੀਂ 버ਗਰ ਸ਼ੋਦੇ ਵਾਲੀ ਹਰਕਤ ਕਰਨਾ ਉਹ ਨਹੀਂ ਰਹਿੰਦਾ ਜਾਂ ਜਿਹੜਾ ਮਸਲਾ ਨਹੀਂ ਮੇਰੇ ਉਹ ਵੀ ਕਾਊਂਟ ਉੱਡ ਵੰਜਾ ਦੋ ਟਿਕਟਾਂ ਦੇ ਕਾਊਂਟ ਉੱਡ ਗਏ ਕੋਈ ਇਸ਼ੂ ਨਹੀਂ ਹੈ ਦੋਨ ਮੈਂ ਸਾਰਾ ਵਿਖਾ ਜਿਹੜਾ ਵੀਡੀਓਸ ਮੈਂ ਡਿਲੀਟ ਕਰਵਾਈ ਸਾਰਾ ਕਰਾਇ ਸ ਰਿਪੋਰਟਾਂ ਮਰਾਈਆਂ ਨੂੰ ਮੇਰੀ YouTube ਜੇ ਵੀਡੀਓ ਉੱਡਾ ਤਾਂ ਸਮਝ ਲਓ ਇਸ ਬੰਦੇ ਦੀ ਵਈ ਤੁਹਾਡੀ ਠੀਕ ਹੈ ਜਿਸ ਬੰਦੇ ਨੂੰ ਸਮਝ ਰਹੇ ਹੋ ਪਾਕਿਸਤਾਨ ਟਾਪ 1 ਤੇ ਬੈਠੇ ਜਿਹਦਾ ਤੁਸੀਂ ਇਤਨਾ ਕਰ ਰਹੇ ਹੋ ਬੜੀ ਮਿਹਨਤ ਕਰ ਰਿਹਾ ਇਹ ਕਰ ਰਿਹਾ ਉਹ ਕਰ ਰਿਹਾ ਐ ਮਿਹਨਤ ਕਰ ਰਿਹਾ ਇਤਨਾ ਸ਼ੋਦਾ ਤਾਂ ਘਟੀਆ ਬੰਦਾ ਵੀ ਹੋ ਸਕਦਾ ਤੁਸੀਂ ਵੇਖ ਸਕਦੇ ਹੋ ਕਮਿਊਨਿਟੀ ਸਾਡੀ ਚ ਪਹਿਲੀ ਜਿਹੜੀ ਤੇਰੇ ਤੇਰੇ ਸਬਸਕ੍ਰਾਈਬਰ ਨੂੰ ਆਪਣੇ ਆਪ ਨੂੰ ਕੰਟੈਂਟ ਕ੍ਰੀਏਟਰ ਸਮਝ ਤੂੰ ਛੋਟੇ ਨੱਗਾ ਹੋਣਾ ਨਾ ਵੇਖ ਸਕਦਾ ਤੂੰ ਉਹਦਾ ਇਹ ਅੱਗਾ ਆ ਵੰਜਨ ਬਹਿਨ ਨਹੀਂ ਸਰੀ ਨਹੀਂ ਹੋ ਸਕਦਾ ਉੱਤੋਂ ਤੋਂ ਆਦੇ ਪੇਂਡੂ ਨੂੰ ਪੰਜਾਬੀ ਨੂੰ ਇਹ ਤਾਂ ਉਹ ਬੈਂਡ ਜਿਹੜੀ ਦਵਾੜੀ ਬੋਲ ਲੀ ਜੇ ਪੰਜਾਬੀ ਹੈ ਮਾਂ ਬੋਲੀ ਥੋੜੀ ਪੰਜਾਬੀ ਤੇ ਤੁਸੀਂ ਠੀਕ ਹੈ ਉਰਦੂ ਕੌਮੀ ਜ਼ੁਬਾਨ ਹੈ ਸਾਡੀ ਸਾਰਾ ਕੁਝ ਹੈ ਮਸਲਾ ਨਹੀਂ ਹੈ ਲੇਕਿਨ ਤੁਸੀਂ ਬਰਗਰ ਤਾਂ ਨਾ ਨਾ ਪੇਂਡੂਆਂ ਨੂੰ ਇਹ ਪੰਜਾਬੀ ਗਾਲੀ ਨਾ ਨਾ ਕੱਢੋ ਹਰ ਬੰਦੇ ਨੂੰ ਸਗਲਾ ਹੈ ਬਹਰਲ ਕੋਈ ਨਾ ਚਾਚੇ ਦਿਓ ਅੱਲਾ ਖੈਰ ਕਰਸੀ ਤੇ ਇਹ ਹੁਣ ਦਵਾੜੀ ਫੁੱਲ ਸਪੋਰਟ ਚਾਹਦੀ ਹੈ ਚਾਚੇ ਤੇ ਪੁੱਤਰਾਂ ਦੀ ਆਪਣੇ ਵੀਰ ਭਰਾਵਾਂ ਦੀ ਸਪੋਰਟ ਚਾਹਦੀ ਹੈ YouTube ਤੇ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਤੇ ਇਹਾਂ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕੀਤਾ ਕਰੋ ਵੀਡੀਓ ਨੂੰ ਤੇ ਜ਼ਰਾ ਕਮੈਂਟ ਚ ਆਪਣੀ ਆਪਣੀ ਰਾ ਤੇ ਵਾਕੀ ਅਗਰ ਜਿਸ ਬੰਦੇ ਨੇ ਮੇਰੀ ਗਲਤ ਵੀਡੀਓ ਲੱਗ ਰਹੀ ਹੈ ਮੈਂ ਸਾਰਾ ਦੇ ਸਾਹਮਣੇ ਰੱਖ ਛੜਿਆ ਫਿਰ ਵੀ ਅਗਰ ਬੰਦੇ ਕਿਸੇ ਉਹਦੇ ਚਾਣੇ ਨਾ ਫਿਰ ਕੋਈ ਬੰਦਾ ਆਦਾ ਕਿ ਮੈਂ ਉਹਦੇ ਚਾਣੇ ਨੂੰ ਚਾਗ ਮੂੰਹ ਹੀ ਪਾਣ ਨੇ ਸਿੰਪਲ ਕੀ ਕਰਨਾ ਹੈ ਵੀਡੀਓ ਖੋਲ ਲਿਆ ਰਿਪੋਰਟ ਰਿਪੋਰਟ ਤੇ ਆਪ ਜਾਓਗੇ ਹੇਟਫੁਲ ਬਿਹੇਵੀਅਰ ਸਬਮਿਟ ਡਨ ਸਹੀ ਹੋ ਗਿਆ ਅਕਾਊਂਟ ਤੇ ਵੀ ਹੁੰਦਾ ਹੈ ਮੇਰੇ ਹਾਲ ਸੇ ਰਿਪੋਰਟ ਹੁਣ ਸਾਰੇ ਡਿਟੇਲ ਤੁਹਾਡੇ ਸਾਹਮਣੇ ਰੱਖ ਚੱਡੀ ਹੁਣ ਵੀ ਜਿਸ ਬੰਦੇ ਦੇ ਚਾਣੇ ਨਾਲ ਨਸਲੀ ਨਹੀਂ ਹ ਰਾਮ ਦਾ 버ਗਰ ਹੈ ਠੀਕ ਹੈ ਕਿਉਂਕਿ ਪਿੰਡ ਵਾਲੇ ਦਿਖਵਾਰੀ ਨੇ ਫੁੱਲ ਫਾਰਮ ਚੋਣਾ ਮੈਂ ਹੁਣ ਤੱਕ ਸ਼ੁਗਲ ਚੁਰਿਆ ਆਸੋ ਮੈਂ ਪੂਰੀ ਡਿਟੇਲ ਨਹੀਂ ਦਸੀ ਕਿਸਨ ਮੈਂ ਕਿ ਚਲੋ ਸ਼ੁਗਰ ਮਜ਼ਾਕ ਲੱਗ ਗਿਆ ਲੇਕਿਨ ਉਸ ਹਰਕਤ ਕਰਕੇ ਸ਼ੋਧਿਆਂ ਵਾਲੀ ਕਮੀਆਂ ਦੇ ਹਰਕਤ ਕਰਕੇ ਟਿਕਟਕ ਅਕਾਊਂਟ ਡਿਲੀਟ ਕਰਵਾ ਕੇ ਉਸ ਹਰਕਤ ਕੀਤੀ ਹੈ ਮੈਂ ਰਿਐਲਟੀ ਸਾਰੇ ਤੁਹਾਡੇ ਸਾਹਮਣੇ ਰੱਖ ਚੱਡੀ ਹੈ ਹੁਣ ਅਗੋ ਵਾ ਜਿਵੇਂ ਤੁਹਾਨੂੰ ਪਤਾ ਜੋ ਕਰਨਾ ਉਹ ਤੁਹਾਨੂੰ اچھی طرح ਪਤਾ ਹੈ ਤਾਂ ਬਾਕੀ ਚਾਚੇ ਦੇ ਬਤੋ ਲਵ ਯੂ ਹੋ ਗਿਆ ਚੈਨਲ ਸਬਸਕ੍ਰ ਤੇ ਕੋਈ ਨਾ ਹੁੰਦੇ ਰਹਿੰਦੇ ਟਿਕਟੌਕ account delete ਹੋਏ ਮਸਲਾ ਨਹੀਂ ਹੈ ਟਿਕਟੌਕ ਤੇ ਬੈਨ ਹੋਈ ਤਾਂ ਫੇਮ ਹੁੰਦੀ ਹੀ ਹੈ ਦੋ ਚਾਰ ਚਵਲਾ ਮਾਰੋ ਟਿਕਟੌਕ ਤੇ ਬੰਦਾ ਵਾਇਰਲ ਹੋਵੰਦਾ ਖੈਰ ਮੈਂ ਤਾਂ ਆਪਣੇ voice over ਨਾਲ ਵਾਇਰਲ ਆਸੋ ਆਪਣੀ ਆਵਾਜ਼ ਨਾਲ ਵਾਇਰਲ ਆਸੋ ਮਸਲਾ ਨਹੀਂ ਹੈ ਅੱਲਾਹ ਪਾਕ ਖੈਰ ਕਰ ਸੇ ਤੇ ਇਹ ਜਾਣਦਾ ਮੈਂ ਕਿਸੇ ਦੀ ਆਵਾਜ਼ ਦਬਾ ਲਾ ਸਤ ਤੂੰ ਮੇਰੀ ਆਵਾਜ਼ ਨਾ ਦਬਾ ਸਕਦਾ ਤੂੰ account ban ਕਰਾ ਚੜ YouTube TikTok ਸਾਰਾ ਕੋਈ ਬੈਨ ਕਰਾ ਤੂੰ ਮੇਰੀ ਆਵਾਜ਼ ਨਾ ਦਬਾ ਸਕਦਾ ਕਦੀ ਵੀ ਠੀਕ ਹੈ ਤੇ ਮੈਂ ਪਿੰਡਾਂ अलावा ਤੈਨੂੰ ਪਿੰਡਾਂ ਲਾ ਮੈਂ ਬਾਣ ਕੇ ਦੱਸਾਂ ਮੈਂ ਕਿ ਤੇਰੇ ਅਰ 버ਗਰ ਸ਼ਾਪ ਪਰ ਮਢੀਰ ਨਾ ਜਿਹੜਾ ਮੈਂ ਨਾ ਸੁਵੰਝਾਂ ਹੁੰਦਾ ਤਾਂ ਬਾਕੀ ਕੋਈ ਨਾ ਇਨਸ਼ਾਅੱਲਾ ਅੱਲਾ ਪਾਕ ਖੈਰ ਕਰਸੀ ਤੇ ਬਾਕੀ ਚਾਚੇ ਤੇ ਸਾਰਿਆਂ ਨੂੰ ਲਵ ਯੂ ਹੋ ਗਿਆ